ਸਤਿ ਸ਼੍ਰੀ ਅਕਾਲ ਪ੍ਰਾਈਮ ਮਿਨਿਸਟਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਮੈਂ ਤੁਹਾਡੇ ਨਾਲ ਮਨਪ੍ਰਤਿੰਦਰ ਸ਼ਰਮਾ ਸਾਡੇ ਖਾਸ ਮਹਿਮਾਨ ਜਤਿੰਦਰ ਪੰਨੂ ਜੀ ਇਸ ਵੇਲੇ ਸਟੂਡੀਓ ਦੇ ਵਿੱਚ ਮੌਜੂਦ ਨੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਪੰਨੂ ਸਾਹਿਬ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਗੱਲ ਕਰਾਂਗੇ ਮੁੰਬਈ ਦੇ ਅਦਰ ਸੁਸਾਇਟੀ ਮਾਮਲੇ ਦੀ ਇਸ ਮਾਮਲੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਅਸ਼ੋਕ ਚੌਹਾਨ ਦੇ ਖਿਲਾਫ਼ ਕਾਰਵਾਈ ਚਲਾਉਣ ਦਾ ਜਿਹੜਾ ਫੈਸਲਾ ਆਇਆ ਸੀ ਉਹਨੂੰ ਰੱਦ ਕਰ ਦਿੱਤਾ ਬੰਬੇ ਹਾਈ ਕੋਰਟ ਨੇ ਇਹ ਪੂਰਾ ਮਾਮਲਾ ਕੀ ਹੈ ਵਿਸਥਾਰ ਦੇ ਵਿੱਚ ਦੱਸੋ ਦੇਖੋ ਅਸੀਂ ਇਹ ਤਾਂ ਸੁਣਿਆ ਸੀ ਕਿ ਰਾਮ ਨਾਮ ਕੀ ਲੂਟ ਹੈ ਲੂਟ ਸਕੇ ਤੋਂ ਲੂਟ ਇਹ ਪਹਿਲੀ ਵਾਰ ਅਸੀਂ ਵੇਖਿਆ ਕਿ ਦੇਸ਼ ਦੇ ਸ਼ਹੀਦਾਂ ਦੇ ਨਾਂ ਦੇ ਉੱਤੇ ਲੁੱਟ ਮੱਚੀ ਹੈ ਜਿਹੜਾ ਕੋਈ ਲੁੱਟ ਸਕਦਾ ਉਹ ਜਿੰਨਾ ਲੁੱਟ ਸਕਦਾ ਲੁੱਟ ਲਓ ਜੀ ਮੁੰਬਈ ਦੇ ਵਿੱਚ ਸਰਕਾਰੀ ਜ਼ਮੀਨ ਸੀ ਪ੍ਰਾਈਮ ਲੈਂਡ ਸੀ ਆਸੇ ਪਾਸੇ ਨੇਵੀ ਅਤੇ ਹੋਰ ਫੌਜੀ ਮਹੱਤਵ ਦੇ ਅਦਾਰੇ ਸੀ ਵਿਚਾਲੇ ਉਹ ਜਿਹੜੀ ਪ੍ਰਾਈਮ ਲੈਂਡ ਸੀ ਜੀ ਉਹਦੇ ਉੱਤੇ ਇੱਕ ਆਦਰਸ਼ ਸੁਸਾਇਟੀ ਖੜੀ ਕਰ ਦਿੱਤੀ ਗਈ ਆਦਰਸ਼ ਦਾ ਮਤਲਬ ਆਈਡੀਅਲ ਸੁਸਾਇਟੀ ਖੜੀ ਕਰ ਦਿੱਤੀ ਗਈ ਆਖਿਆ ਇਹ ਕਿ ਇੱਥੇ ਇੱਕ ਮਲਟੀ ਸਟੋਰੀ ਬਿਲਡਿੰਗ ਬਣੇਗੀ ਜੀ ਜਿਹਦੇ ਵਿੱਚ ਕਾਰਗਿਲ ਦੇ ਸ਼ਹੀਦਾਂ ਨੂੰ ਫਲੈਟ ਦਿੱਤੇ ਜਾਣਗੇ ਹੁਣ ਉਹ ਫਲੈਟ ਬਣਨੇ ਸ਼ੁਰੂ ਹੋ ਗਏ ਜਦੋਂ ਫਲੈਟ ਬਣੇ ਅਤੇ ਉਹ ਬਾਕੀ ਕੁਝ ਫਲੈਟ ਤਾਂ ਬਾਹਰ ਵੇਚੇ ਗਏ ਜੀ ਕੁਝ ਫਲੈਟ ਕਾਰਗਿਲ ਦੇ ਸ਼ਹੀਦਾਂ ਦੇ ਨਾਂ 'ਤੇ ਅਲਾਟ ਕੀਤੇ ਗਏ ਜਿਹੜਾ ਫਲੈਟ 8 ਕਰੋੜ ਰੁਪਈਏ ਦਾ ਕਾਰਗਿਲ ਦੇ ਸ਼ਹੀਦਾਂ ਦੇ ਨਾਂ ਦੇ ਉੱਤੇ ਜਿਨ੍ਹਾਂ ਨੂੰ ਦਿੱਤਾ ਗਿਆ 10% ਦੇ ਉੱਤੇ 80 ਲੱਖ 'ਚ ਦਿੱਤਾ ਗਿਆ ਕਾਰਗਿਲ ਦੇ ਕਿਸੇ ਸ਼ਹੀਦ ਨੂੰ ਸਰਕਾਰ ਨੇ 5 ਲੱਖ ਦਿੱਤੇ ਆ ਕਿਸੇ ਨੂੰ 10 ਲੱਖ ਦਿੱਤੇ ਕਿਸੇ ਨੂੰ 25 ਵੀ ਦੇ ਦਿੱਤੇ ਹੋਣਗੇ ਜੀ 80 ਲੱਖ ਕਿਹੜੇ ਸ਼ਹੀਦ ਕੋਲ ਸੀੜਾ ਜਾ ਕੇ ਉੱਥੇ ਲੈ ਲੂਗਾ ਅਸਲ ਵਿੱਚ ਉਦੋਂ ਹੀ ਰਾਹ ਰੱਖ ਲਿਆ ਗਿਆ ਕਿ 8 ਕਰੋੜ ਵਾਲਾ 80 ਲੱਖ ਦੇ ਵਿੱਚ ਆਪਣੇ ਗਿਣਵੇਂ ਚੁਣਵੇਂ ਬੰਦਿਆਂ ਨੂੰ ਦੇਣਾ ਜੀ ਜਿਹੜੇ 80 ਲੱਖ ਦਾ ਲੈ ਕੇ ਅਤੇ ਅੱਗੇ 8 ਕਰੋੜ ਦਾ ਵੇਚ ਕੇ 7 ਕਰੋੜ ਤੋਂ ਵੱਧ ਖੜੇ ਪਰ ਮੁਨਾਫਾ ਕਮਾ ਸਕਣ ਜੀ ਫਿਰ ਉੱਥੋਂ ਕੰਮ ਸ਼ੁਰੂ ਜਿਹੜਾ ਚੋਰੀ ਦਾ ਹੋਇਆ ਸੀ ਅੱਗੇ ਤੁਰ ਪਿਆ ਪਹਿਲਾਂ ਤਾਂ ਅੱਜ ਤੱਕ ਇਹ ਨਹੀਂ ਪਤਾ ਲੱਗਦਾ ਕਿ ਉਹ ਜ਼ਮੀਨ ਰਾਜ ਸਰਕਾਰ ਦੀ ਹੈ ਡਿਫੈਂਸ ਦੀ ਹੈ ਜੇ ਡਿਫੈਂਸ ਦੀ ਹੈ ਤਾਂ ਉਹ ਨੇਵੀ ਦੀ ਹੈ ਕਿਸ ਦੂਸਰੀ ਜ਼ਮੀਨੀ ਫੌਜ ਦੀ ਹੈ ਕੋਈ ਪਤਾ ਲੱਗਦਾ ਜਦੋਂ ਅੱਗੇ ਦੇਣ ਲੱਗੇ ਅਤੇ ਜਿਹਦੇ ਜਿਹਦੇ ਕੋਲ ਫਾਈਲ ਗਈ ਉਸੇ ਨੇ ਆਖਣਾ ਜੀ ਪਹਿਲਾਂ ਮੇਰਾ ਸਰਵਾਰ ਨਾ ਕਰ ਦਿਓ ਜੀ ਸੁਸਾਇਟੀ ਬਣਾਉਣ ਵਾਲਿਆਂ ਨੇ ਆਪਣੇ ਹਿੱਸੇ ਦੇ ਫਲੈਟ ਰੱਖ ਲਏ ਇੰਨੇ ਮੇਰੇ ਅਤੇ ਇੰਨੇ ਤੇਰੇ ਜਿਹੜੇ ਸਿਟੀ ਦੇ ਕਮਿਸ਼ਨਰ ਕੋਲ ਫਾਈਲ ਗਈ ਉਹਨੇ ਆਖਿਆ ਜੀ 2 ਫਲੈਟ ਮੇਰੇ ਇੱਕ ਹੋਰ ਉਹਦੀ ਥਾਂ 'ਤੇ ਆ ਗਿਆ ਬਦਲ ਕੇ ਉਹਨੇ ਆਖਿਆ ਜੀ 1 ਮੇਰਾ ਵੀ ਕੱਢੋ ਜੀ ਜਿਹੜਾ ਸਟੇਟ ਟਾਊਨ ਪਲੈਨਰ ਸੀ ਉਹਨੇ ਆਖਿਆ ਜੀ ਮੇਰਾ ਕੱਢੋ ਉਹ ਬਦਲ ਗਿਆ ਉਹ ਥਾਂ ਨਵੇਂ ਆਏ ਨੇ ਆਖਿਆ 1 ਮੇਰਾ ਕੱਢੋ ਜਿਹੜਾ ਉੱਥੋਂ ਦਾ ਸਰਕਾਰ ਦਾ ਰੈਵਨਿਊ ਸੈਕਟਰੀ ਸੀ ਮਹਾਰਾਸ਼ਟਰ ਦਾ ਉਹਨੇ ਆਖਿਆ ਮੇਰਾ ਕੱਢੋ ਫਿਰ ਕਿਉਂਕਿ ਆਦਰਸ਼ ਸੁਸਾਇਟੀ ਕਾਰਗਿਲ ਦੇ ਸ਼ਹੀਦਾਂ ਦੇ ਨਾਂ 'ਤੇ ਸੀ ਫੌਜ ਨੇ ਆਖਿਆ ਜੀ 1 ਫਲੈਟ ਤਾਂ ਫਿਰ ਮੇਰਾ ਵੀ ਬਣਦਾ ਦੂਜਾ ਨਵਾਂ ਆਇਆ ਫੌਜ ਦਾ ਮੁਖੀ ਉਹਨੇ ਆਖਿਆ ਮੇਰਾ ਬਣਦਾ ਤੀਜਾ ਉਹਨੇ ਆਖਿਆ ਮੇਰਾ ਬਣਦਾ ਫੌਜ ਦੇ 3 ਸਾਬਕਾ ਮੁਖੀ ਜੀ ਉੱਥੇ ਫਲੈਟ ਲੈਣ ਵਾਲੇ ਜਾਲ ਸਾਜਾਂ ਵਿੱਚ ਸ਼ਾਮਿਲ ਆ ਜਾਲ ਸਾਜ ਮੈਂ ਇਸ ਕਰਕੇ ਕਹਿੰਦਾ ਕਿਉਂਕਿ ਫਲੈਟ ਲੈਣ ਵਾਸਤੇ ਇੱਕ ਸ਼ਰਤ ਇਹ ਸੀ ਕਿ ਉਹ ਕਾਰਗਿਲ ਤੋਂ ਪ੍ਰਭਾਵਿਤ ਵੀ ਹੋਵੇ ਅਤੇ ਮੁੰਬਈ 'ਚ ਪਿਛਲੇ 3 ਸਾਲਾਂ ਤੋਂ ਰਹਿੰਦਾ ਵੀ ਹੋਵੇ ਇਹਦਾ ਮਤਲਬ ਕੋਈ ਪੰਜਾਬ ਦਾ ਯੂਪੀ ਦਾ ਤਾਂ ਫਿਰ ਲੈ ਹੀ ਨਹੀਂ ਸਕਦਾ ਜੀ ਜਿਹੜੇ ਦਿੱਲੀ 'ਚ ਬੈਠੇ ਸੀ ਫੌਜ ਦੇ ਜਰਨੈਲ ਮੁੰਬਈ ਕਦੇ ਗਏ 2 ਦਿਨ ਚੈੱਕ ਕਰਨ ਵਾਸਤੇ ਮੁੜ ਆਏ 3 ਸਾਲ ਰਹੇ ਨਹੀਂ ਜੀ ਉਹਨਾਂ ਨੇ ਜਾਲੀ ਡੋਮੀਸਾਈਲ ਸਰਟੀਫਿਕੇਟ ਬਣਾ ਲਿਆ ਜੀ ਅਸੀਂ ਤਾਂ ਇੱਥੇ ਰਹਿੰਦੇ 3 ਸਾਲਾਂ ਤੋਂ ਇਹ ਵੀ ਸਰਟੀਫਿਕੇਟ ਬਣਾ ਲਿਆ ਕਿ ਅਸੀਂ ਕਾਰਗਿਲ ਤੋਂ ਪ੍ਰਭਾਵਿਤ ਹਾਂ ਕਿੱਦਾਂ ਜੀ ਸਾਡੀ ਅਗਵਾਈ 'ਚ ਕਾਰਗਿਲ ਦੀ ਜੰਗ ਲੜੀ ਗਈ ਕਾਰਗਿਲ ਦੀ ਜੰਗ ਤੁਸੀਂ ਗਏ ਸੀ ਦਿੱਲੀ ਬੈਠ ਕੇ ਕਹਿੰਦੇ ਦਿੱਲੀ ਜਿਹੜਾ ਵਾਰ ਰੂਮ ਵਿੱਚ ਹੁੰਦਾ ਸੀ ਵਾਰ ਰੂਮ ਦੇ ਵਿੱਚ ਤਾਂ ਬਾਹਰ ਬੈਠਾ ਚਪੜਾਸੀ ਵੀ ਹੁੰਦਾ ਸੀ ਜੀ ਫਿਰ ਉਹਨੂੰ ਵੀ 1 ਫਲੈਟ ਲੈ ਜਾਣਾ ਚਾਹੀਦਾ ਅੱਛਾ ਅੱਗੋਂ ਹੋਰ ਹੋ ਗਿਆ ਜਿਹੜਾ ਸੰਬੰਧਿਤ ਮਹਿਕਮੇ ਦਾ ਮੰਤਰੀ ਸੀ ਉਹਨੇ ਆਖਿਆ ਮੇਰਾ ਵੀ ਫਲੈਟ ਦਿਓ ਅਤੇ ਮੁੱਖ ਮੰਤਰੀ ਨੇ ਆਖਿਆ ਬੱਚੂ ਜਾਂਦੇ ਕਿੱਥੇ ਜੇ 1 ਮੇਰਾ ਦਿਓ ਮੁੱਖ ਮੰਤਰੀ ਬਦਲ ਗਿਆ ਦੂਜਾ ਆ ਗਿਆ ਉਹਨੇ ਆਖਿਆ ਮੇਰਾ ਦਿਓ ਜਿਹੜਾ ਤੀਜਾ ਆਖਿਆ ਉਹਨੇ ਸ਼ਰਮ ਦਾ ਛਿੱਕਾ ਹੀ ਲਾਤਾ ਉਹਨੇ ਆਖਿਆ ਜੀ 1 ਮੇਰੀ ਘਰਵਾਲੀ ਦੇ ਨਾਂ 'ਤੇ 1 ਸਾਲੇ ਦੇ ਨਾਂ 'ਤੇ 1 ਸਾਲੀ ਦੇ ਹਸਬੈਂਡ ਦੇ ਨਾਂ 'ਤੇ 1 ਮੇਰੀ ਸੱਸ ਦੇ ਨਾਂ 'ਤੇ 1 ਮੇਰੇ ਸਹੁਰੇ ਦੇ ਨਾਂ 'ਤੇ ਇਹ ਤਾਂ ਪੂਰੇ ਪਰਿਵਾਰ ਲਈ ਹੋ ਗਿਆ ਪਰਿਵਾਰ ਲਈ ਇੰਨੇ ਜਾਣੇ ਉਹ ਸਾਰਾ ਹੀ ਕਾਲਾ ਮਾਲਾ ਔਰ ਕਾਰਗਿਲ ਦੇ ਵਿੱਚ ਜਿਹੜੇ ਮਰ ਗਏ ਦੇਸ਼ ਲਈ ਸ਼ਹੀਦੀਆਂ ਪਾ ਗਏ ਜੀ
ਉਹਨਾਂ ਨੂੰ ਕੱਖ ਵੀ ਨਹੀਂ ਮਿਲਿਆ ਅਤੇ ਉਹਨਾਂ ਦੇ ਨਾਂ ਦੇ ਉੱਤੇ ਝੂਠੇ ਸਰਟੀਫਿਕੇਟ ਬਣਾ ਬਣਾ ਕੇ ਫੌਜ ਦੇ ਜਰਨੈਲਾਂ ਨੇ ਜਿਹੜੇ ਦਿੱਲੀ ਬੈਠੇ ਸੀ ਉਹਨਾਂ ਨੇ ਵੀ ਲੈ ਲਏ, ਮੰਤਰੀਆਂ ਨੇ ਵੀ ਲੈ ਲਏ, ਮੁੱਖ ਮੰਤਰੀਆਂ ਵੀ ਲੈ ਲਏ, ਅਫਸਰਾਂ ਵੀ ਲੈ ਲਏ, ਕਿਉਂਕਿ ਉੱਥੇ ਸਮੁੰਦਰ ਦਾ ਕੰਢਾ ਸੀ। ਉਹ ਸਮੁੰਦਰ ਦੇ ਕੰਢੇ ਦੇ ਉੱਤੇ ਨੇਵੀ ਤੁਰੀ ਫਿਰਦੀ ਸਮੁੰਦਰੀ ਫੌਜ, ਉਹਨਾਂ ਦਾ ਜਿਹੜਾ ਉਸ ਏਰੀਏ ਦਾ ਐਡਮਿਰਲ ਸੀ ਉਹਨੇ ਆਖਿਆ ਜੀ ਇਹ ਸਾਰੇ ਕੋਸਟ ਦਾ ਸਮੁੰਦਰੀ ਕੰਢੇ ਦਾ ਕਮਾਂਡਰ ਤਾਂ ਮੈਂ, ਮੈਨੂੰ ਕਹਿੰਦਾ ਤੁਸੀਂ ਪਾਸੇ ਕਰ ਸਕਦੇ ਹਾਂ। ਉਹਨੇ ਆਖਿਆ ਮੈਨੂੰ ਵੀ ਦੇ, ਉਹਨੇ ਵੀ ਲੈ ਲਿਆ। ਐਡਾ ਵੱਡਾ ਕਾਲਾ ਮਾਲਾ ਸਾਹਮਣੇ ਆ ਗਿਆ, ਇੱਕ ਬੰਦਾ ਮਗਰ ਲੱਗਾ ਰਿਹਾ ਆਰ ਟੀ ਆਈ ਪਾਈ ਗਿਆ, ਰਾਈਟ ਟੂ ਇਨਫੋਰਮੇਸ਼ਨ ਐਕਟ ਵਿੱਚ ਸੂਚਨਾ ਮੰਗੀ ਗਿਆ ਸੁਪਰੀਮ ਕੋਰਟ ਤੱਕ ਲੈ ਗਿਆ ਜੀ। ਦੋ ਤਿੰਨ ਅਖਬਾਰਾਂ ਵਾਲੇ ਲੱਗੇ ਰਹੇ। ਜਦੋਂ ਪਤਾ ਲੱਗਾ ਸਾਰੀ ਗੱਲ ਦਾ, ਫਿਰ ਉਹ ਆਦਰਸ਼ ਸੋਸਾਇਟੀ ਜਿਹਨਾਂ ਜਿਹਨਾਂ ਨੇ ਪੈਸਾ ਲਾਇਆ ਸੀ ਹਰ ਕੋਈ ਕਨਿਕਸ ਕਹਾਉ, ਨਹੀਂ ਜੀ ਮੇਰਾ ਤਾਂ ਜਾਇਜ਼ ਹੈ, ਬਾਕੀ ਨੇ ਰੈਫਰੀ ਕੀਤੀ ਹੈ। ਜੇ ਪੁੱਛੋ ਤੇਰਾ ਜਾਇਜ਼ ਕਿੱਦਾਂ, ਫੌਜ ਦੇ ਤਿੰਨ ਸਾਬਕਾ ਮੁਖੀ ਇਹ ਸਾਬਤ ਕਿੱਦਾਂ ਕਰਨਗੇ ਕਿ ਅਸੀਂ ਉੱਥੇ ਮੁੰਬਈ 'ਚ ਰਹਿੰਦੇ ਸੀ, ਜਿਹਦੇ ਪੇਕੇ ਸਹੁਰੇ ਦੋਵੇਂ ਦਿੱਲੀ ਵਿੱਚ ਹੈ, ਸਾਰੀ ਉਮਰ ਉਹਨੇ ਦਿੱਲੀ 'ਚ ਨੌਕਰੀ ਕੀਤੀ ਆ, ਮੁੰਬਈ 'ਚ ਕਦੇ ਮਾੜਾ ਮੋਟਾ ਦੋ ਤਿੰਨ ਦਿਨ ਗਿਆ ਹੋਵੇ, ਉਹ ਤਿੰਨਾਂ ਸਾਲਾਂ ਦਾ ਉੱਥੇ ਰਹਿਣ ਦਾ ਆਪਣਾ ਵਸੇਬੇ ਦਾ ਸਰਟੀਫਿਕੇਟ, ਡੋਮੀਸਾਈਲ ਸਰਟੀਫਿਕੇਟ ਕਿੱਦਾਂ ਉਹਨੇ ਬਣਾ ਲਿਆ? ਇਹਦਾ ਮਤਲਬ ਕਿ ਉਹ ਵੀ ਗਲਤ ਹੈ। ਉਹਦੇ ਸਰਟੀਫਿਕੇਟ ਬਣਾਉਣ ਵਾਲਾ ਤਹਿਸੀਲਦਾਰ ਅਤੇ ਪਟਵਾਰੀ ਅਤੇ ਮੌਕੇ ਦਾ ਲੰਬੜਦਾਰ ਜਾਂ ਜੋ ਵੀ ਮਹਾਰਾਸ਼ਟਰ 'ਚ ਕਹਿੰਦੇ ਉਹ ਵੀ ਨਾਲ ਫਸਦਾ ਜੀ। ਇਹ ਕਈ ਲੋਕ ਬੜਾ ਘਟੀਆ ਆਪਣਾ ਕਰਦੇ ਆ, ਬਹੁਤ ਕੁਰਬਾਨੀਆਂ ਵਾਲੇ ਵੀ ਹੁੰਦੇ ਆ ਜੀ, ਪਰ ਕੀਤੀ ਕਤਰੀ 'ਤੇ ਖੇਹ ਧੂੜ ਲੈਂਦੇ ਆ। ਸਾਡੇ ਇੱਕ ਕਰਨਲ ਨੇ ਇੰਨੀ ਵਧੀਆ ਕਾਰਗਿਲ ਦੀ ਜੰਗ 'ਚ ਬਹਾਦਰੀ ਵਿਖਾਈ ਸੀ ਕਿ ਉਹਨੂੰ ਸਰਕਾਰ ਨੇ ਵੀਰ ਚੱਕਰ ਦੇ ਦਿੱਤਾ ਜੀ। ਵੀਰ ਚੱਕਰ 'ਚ ਲਿਖਿਆ ਕਿ ਦੇਸ਼ ਦੇ ਵਿੱਚ ਕਿਤੇ ਵੀ ਜਾਵੇ ਸ਼ਤਾਬਦੀ ਤੱਕ ਸਾਰੀਆਂ ਗੱਡੀਆਂ 'ਚ ਇਹਨੂੰ ਫਸਟ ਕਲਾਸ ਦੇ ਵਿੱਚ ਮੁਫਤ ਟਰੈਵਲ ਦੀ ਸਹੂਲਤ ਹੋਵੇਗੀ, ਪਾਸ ਦਿੱਤਾ। ਉਸ ਨਾਲ ਇੱਕ ਖਾਨਾ ਖਾਲੀ ਛੱਡਤਾ ਕਿ ਰਾਜਧਾਨੀ ਐਕਸਪ੍ਰੈਸ ਨਹੀਂ ਚੜ੍ਹ ਸਕਦਾ ਸਰ। ਓਕੇ, ਬਾਕੀਆਂ ਦੇ ਤਾਂ ਇੱਕ ਕੈਟੇਗਰੀ ਹੈ, ਇਹ ਤੋਂ ਉੱਪਰਲੇ ਪਰਮਵੀਰ ਚੱਕਰ ਵਾਲਿਆਂ ਨੂੰ ਰਾਜਧਾਨੀ ਵੀ ਹੈ ਜੀ। ਹੁਣ ਥੋੜ੍ਹਾ ਜਿਹਾ ਵੀਰ ਚੱਕਰ ਸੀ, ਇਸ ਕਰਕੇ ਉਹਨੂੰ ਹੇਠਲਾ ਮਹਾਂਵੀਰ ਚੱਕਰ ਸੀ ਉਹਦੇ ਕੋਲ, ਉਹਨੂੰ ਹੇਠਲੀ ਕੈਟੇਗਰੀ 'ਚ ਰੱਖ ਦਿੱਤਾ, ਰਾਜਧਾਨੀ ਐਕਸਪ੍ਰੈਸ ਨਹੀਂ ਦਿੱਤੀ ਗਈ। ਉਹਨੇ ਕੀਤਾ ਕਿਹੜਾ, ਕਿਸੇ ਨੂੰ ਪਤਾ ਲੱਗਣਾ, ਉਹਨੇ ਉਹ ਵੀ ਕਰ ਲਈ। ਇੱਕ ਦਿਨ ਰੇਲਵੇ ਦੇ ਟੀਟੀ ਨੇ ਫੜ ਲਿਆ, ਉਹਨੇ ਪਾਸ ਵੇਖਿਆ ਆਪਣੇ ਕੰਪਿਊਟਰ ਨਾਲ ਬਣਾ ਕੇ, ਉਹਨੇ ਵੇਖਿਆ ਵੀ ਇਹ ਪਾਸ ਨਹੀਂ ਗਾ ਰਾਜਧਾਨੀ ਵਾਲਾ, ਉਹਨੇ ਚਲਾਣ ਕਰਤਾ। ਇੰਨੀ ਕੁਰਬਾਨੀ ਵਾਲਾ ਬੰਦਾ ਇੰਨੀ ਨਿੱਕੀ ਜਿਹੀ ਗੱਲ ਦੇ ਉੱਤੇ ਆਪਣੇ ਨਾਂ ਨਾਲ ਦਾਗ ਲਵਾ ਬੈਠਾ। ਇਹਨਾਂ ਬੜੇ ਵੱਡੇ ਵੱਡੇ ਲੋਕਾਂ ਨੇ ਇਹ ਕੁਝ ਕੀਤੇ ਜੀ। ਹੁਣ ਜਿਹੜਾ ਉੱਥੋਂ ਦਾ ਸਾਬਕਾ ਮੁੱਖ ਮੰਤਰੀ ਚੌਹਾਨ ਹੈ, ਅਸ਼ੋਕ ਚੌਹਾਨ, ਉਹਦੇ ਖਿਲਾਫ਼ ਕੇਸ ਆਦਰਸ਼ ਸੋਸਾਇਟੀ ਘੁਟਾਲੇ 'ਚ ਚਲਾਉਣ ਵਾਸਤੇ ਮਹਾਰਾਸ਼ਟਰ ਦੀ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਸੀ ਕਿ ਬਾਕੀਆਂ 'ਤੇ ਚੱਲਦਾ, ਇਹ 'ਤੇ ਵੀ ਚਲਾਓ ਜੀ। ਉਹ ਹਾਈਕੋਰਟ ਚਲਾ ਗਿਆ, ਹਾਈਕੋਰਟ ਜਾ ਕੇ ਪਤਾ ਨਹੀਂ ਉਹਨੇ ਕੀ ਪੇਸ਼ ਕੀਤਾ ਕੀ ਨਹੀਂ ਕੀਤਾ। ਉੱਥੋਂ ਕੋਰਟ ਨੇ ਇੱਕ ਵਾਰੀ ਰਾਜ ਸਰਕਾਰ ਦੀ ਦਿੱਤੀ ਮਨਜ਼ੂਰੀ ਰੱਦ ਕਰਤੀ ਹੈ। ਕੋਰਟਾਂ ਨੂੰ ਕਈ ਲੋਕ ਗੁੰਮਰਾਹ ਵੀ ਕਰਦੇ ਆ, ਕੋਰਟ ਨੇ ਫੈਸਲਾ ਉਹ ਦੇਣਾ ਹੁੰਦਾ ਜੋ ਉਹਦੇ ਕੋਲ ਸਬੂਤ ਪੇਸ਼ ਹੋਇਆ ਜੀ। ਪਰ ਜੇ ਉੱਥੋਂ ਦੀ ਸਰਕਾਰ ਦੁਬਾਰਾ ਸੁਪਰੀਮ ਕੋਰਟ ਚਲ ਜਾਵੇ ਅਤੇ ਇਹੋ ਮਨਜ਼ੂਰੀ ਫਿਰ ਮਿਲ ਸਕਦੀ ਹੈ, ਤਾਂ ਅਸ਼ੋਕ ਚੌਹਾਨ ਦੇ ਗੜ ਫਿਰ ਸਫ਼ਾ ਪੈ ਸਕਦਾ, ਸਫ਼ਾ ਪੈਣ ਨਾਲ ਉਹ ਫਿਰ ਮੁਕੱਦਮੇ 'ਚ ਫਸ ਸਕਦਾ। ਨਿਰਭਰ ਇਸ ਗੱਲ 'ਤੇ ਕਰੇਗਾ ਕਿ ਮਹਾਰਾਸ਼ਟਰ ਦੀ ਸਰਕਾਰ ਉਹਨੂੰ ਲੰਘਣ ਦਾ ਰਾਹ ਦੇਣਾ ਚਾਹੁੰਦੀ ਹੈ ਜਾਂ ਫਸਾਉਣਾ ਚਾਹੁੰਦੀ ਹੈ। ਜੇ ਤਾਂ ਫਸਾਉਣਾ ਚਾਹੁਣ ਜੀ ਅਤੇ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਚੈਲੇਂਜ ਕਰਨਗੇ, ਅਤੇ ਜੇ ਚੈਲੇਂਜ ਨਹੀਂ ਕਰਦੇ ਤਾਂ ਫਿਰ ਸਮਝਿਆ ਜਾਵੇਗਾ ਕਿ ਅੱਖ ਮਿਲ ਗਈ ਹੈ ਕਿ ਤੂੰ ਪਹਿਲਾਂ ਖਾ ਗਿਆ, ਸਾਨੂੰ ਹੁਣ ਖਾਈ ਜਾਣ, ਜੇ ਤੇਰੇ ਵਾਲਾ ਮਾਮਲਾ ਅਸੀਂ ਢੱਕਦਾ ਤੂੰ ਸਾਡੇ ਖਿਲਾਫ਼ ਰੌਲਾ ਨਾ ਪਾਵੀਂ। ਜੇ ਇੱਦਾਂ ਦੀ ਗੱਲ ਹੋ ਗਈ ਫਿਰ ਕੇਸ ਠੱਪਿਆ ਜਾਣਾ, ਯਾਨੀ ਕਿ ਹੋ ਸਕਦਾ ਬੜੇ ਵੱਡੇ ਲੋਕ ਇਸ ਕੇਸ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ, ਬਹੁਤ ਵੱਡੇ ਜੀ। ਪਨੂ ਸਾਹਿਬ, ਅਸੀਂ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਵੇਲਾ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਜਲਦ ਵਾਪਸ ਆਉਂਦੇ ਹਾਂ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪਨੂ ਸਾਹਿਬ, ਇੱਕ ਨਵੀਂ ਖਬਰ ਸਾਹਮਣੇ ਆਈ ਹੈ ਕਿ ਜਿਹੜੇ ਕਲਾਕਾਰ, ਜਿਹੜੇ ਹੀਰੋ ਹੀਰੋਇਨ ਆਪਾਂ ਕਹਿ ਸਕਦੇ ਹਾਂ, ਜੇ ਉਹ ਕਿਸੇ ਕੰਪਨੀ ਦੇ ਪ੍ਰੋਡਕਟ ਦੀ ਜਿਹੜੀ ਐਡ ਕਰਦੇ ਨੇ, ਜੇਕਰ ਉਹ ਜਿਹੜਾ ਮਾਲ ਹੈ ਵਿਕਿਆ ਹੋਇਆ ਉਹ ਸਟੈਂਡਰਡ ਦੇ ਮੁਤਾਬਿਕ ਨਹੀਂ ਹੁੰਦਾ, ਤਾਂ ਕਲਾਕਾਰਾਂ 'ਤੇ ਵੀ ਕੇਸ ਹੋ ਸਕਦਾ ਹੈ, ਤੁਸੀਂ ਇਸ ਬਾਰੇ ਕੀ ਕਹੋਗੇ? ਇਹ ਹੁਣ ਨਵੇਂ ਸਮੇਂ ਦੇ ਵਿੱਚ ਇਹ ਗੱਲ ਕਰਨੀ ਪੈਣੀ ਸੀ। ਬਹੁਤ ਕੁਝ ਇਹੋ ਜਿਹਾ ਆ ਰਿਹਾ ਜਿਹੜਾ ਭਰਮਾਊ ਜੀ। ਕੰਪਨੀਆਂ ਇੱਕ ਦੂਸਰੀ ਨਾਲ ਮੁਕਾਬਲੇਬਾਜ਼ੀ 'ਚ
ਬਹੁਤ ਦੂਰ ਤੱਕ ਜਾਂਦੀਆਂ ਪਈਆਂ ਨੇ। ਦੋ ਤਿੰਨ ਬਾਬੇ ਉੱਠੇ ਆ ਜਿਨ੍ਹਾਂ ਨੇ ਧਰਮ ਕਰਮ ਦਾ ਕੰਮ ਛੱਡ ਕੇ, ਯੋਗਾ ਦਾ ਕੰਮ ਛੱਡ ਕੇ ਕਾਰੋਬਾਰ ਸ਼ੁਰੂ ਕਰ ਦਿੱਤਾ, ਅਤੇ ਉਸ ਕਾਰੋਬਾਰ ਦੇ ਵਿੱਚ ਜਦੋਂ ਦੂਸਰਿਆਂ ਨਾਲ ਕੰਪੀਟ ਕਰਦੇ ਆ, ਰੱਜ ਕੇ ਝੂਠ ਉਹ ਬੋਲਦੇ ਆ, ਅਤੇ ਦੂਜੀਆਂ ਕੰਪਨੀਆਂ ਨੂੰ ਵੀ ਨਾਲ ਬੋਲਣਾ ਪੈ ਰਿਹਾ। ਹੁਣ ਹਰ ਕੰਪਨੀ ਇਹ ਕਹਿੰਦੀ ਹੈ ਕਿ ਸਾਡੇ ਵਾਲਾ ਮਾਲ ਚੰਗਾ ਜੀ ਅਤੇ ਦੂਸਰਿਆਂ ਦਾ ਮਾਲ ਮਾੜਾ ਜੀ। ਸੀਮੈਂਟ ਦੀਆਂ ਕੰਪਨੀਆਂ ਨੇ, ਇੱਕ ਕਹਿੰਦਾ ਕਿ ਸਭ ਤੋਂ ਵਧੀਆ ਮੇਰਾ, ਦੂਜਾ ਕਹਿੰਦਾ ਜੀ ਇੰਜੀਨੀਅਰਸ ਨੇ ਆਖਿਆ ਕਿ ਸਭ ਤੋਂ ਵਧੀਆ ਇਹਦਾ, ਤੀਜਾ ਕਹਿੰਦਾ ਇੰਜੀਨੀਅਰ ਇਕੱਲੇ ਨੇ, ਟੈਕਨੀਸ਼ੀਅਨ ਨੇ ਵੀ ਇਹ ਆਖਿਆ ਕਿ ਸਾਡੇ ਵਾਲਾ ਮਾਲ ਹੀ ਵਧੀਆ। ਇਸ ਤਰ੍ਹਾਂ ਹੀ ਬਾਕੀ ਥਾਵਾਂ 'ਤੇ ਆਉਂਦਾ ਜੀ। ਕਈ ਕੰਪਨੀਆਂ ਨੇ ਆਪਣੇ ਮਾਲ ਦੀ ਐਡ ਕਰਨ ਲੱਗਿਆਂ, ਮਸ਼ਹੂਰੀ ਕਰਨ ਲੱਗਿਆਂ, ਉਹ ਚੇਚੇ ਤੌਰ 'ਤੇ ਕਹਿੰਦੇ ਆ ਕਿ ਇੱਦਾਂ ਦੀਆਂ ਚੀਜ਼ਾਂ ਦੂਸਰੇ ਵੀ ਵੇਚਦੇ ਫਿਰਦੇ, ਐਵੇਂ ਇੱਧਰ ਜਾ ਕੇ ਤੁਸੀਂ ਭੁਲੇਖੇ 'ਚ ਨਾ ਆ ਜਾਓ, ਠੱਗੀ ਬਹੁਤ ਹੁੰਦੀ ਪਈ ਜੇ ਸਾਡੇ ਵੱਲ ਹੀ ਆ। ਹੁਣ ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਇੱਕ ਪਿੱਛੇ ਜੇ ਇਹ ਵੀ ਕੇਸ ਬਣ ਗਿਆ ਕਿ ਜਿਹੜੀ ਵਧੀਆ ਖੂਬਸੂਰਤੀ ਵਾਲੀਆਂ ਕਰੀਮਾਂ ਆ ਰਹੀਆਂ ਨੇ, ਇਹਨਾਂ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਪਾਬੰਦੀ ਕਿਉਂ ਲੱਗਣੀ ਚਾਹੀਦੀ ਹੈ? ਕਹਿੰਦੇ ਜੀ ਇਹ 'ਚ ਇਹ ਉਚੇਚੇ ਤੌਰ 'ਤੇ ਦੱਸਿਆ ਜਾਂਦਾ ਕਿ ਗੋਰਾ ਰੰਗ ਵਧੀਆ ਹੁੰਦਾ, ਅਤੇ ਜੇ ਤੁਸੀਂ ਰੰਗ ਗੋਰਾ ਕਰਨਾ ਤਾਂ ਫਿਰ ਕਰੀਮ ਆਹ ਵਰਤੋ। ਉਹ ਕਹਿੰਦੇ ਜਦੋਂ ਇਹ ਕਹਿੰਦੇ ਆ ਕਿ ਗੋਰਾ ਰੰਗ ਵਧੀਆ ਹੁੰਦਾ, ਜਾਂ ਤਾਂ ਇਹ ਕਹਿਣ ਵੀ ਜੇ ਤੁਸੀਂ ਗੋਰਾ ਰੰਗ ਕਰਨਾ ਤਾਂ ਆਹ ਵਰਤੋ, ਉਹ ਹੋਰ ਗੱਲ ਹੈ। ਇਹ ਕਹਿਣਾ ਕਿ ਦੂਸਰੇ ਰੰਗਾਂ ਦੇ ਨਾਲ ਐਵੇਂ ਸ਼ਰਮਿੰਦੇ ਹੋਣ ਦੀ ਲੋੜ ਨਹੀਂ, ਗੋਰਾ ਰੰਗ ਵਧੀਆ ਹੁੰਦਾ ਤੁਸੀਂ ਆਹ ਕਰੋ, ਇਹਦੇ ਨਾਲ ਤੁਸੀਂ ਜਿਹੜੇ ਗੋਰੇ ਨਹੀਂ ਗਏ, ਸੌਲੇ ਆ, ਪੱਕੇ ਰੰਗ ਵਾਲੇ ਆ, ਕਣਕ ਵੰਨੇ ਆ, ਜਾਂ ਫਿਰ ਜ਼ਿਆਦਾ ਗਾੜਾ ਕਾਲਾ ਰੰਗ ਹੈ, ਕਿਸ ਹੈਗੇ ਨੇ ਸਾਡੇ ਵਿੱਚੋਂ ਹੀ ਨੇ ਜੀ। ਉਹ ਜਿਹੜੇ ਆ ਉਹਨਾਂ ਸਾਰਿਆਂ ਦੇ ਮਨ ਵਿੱਚ ਇੱਕ ਇਨਫੀਰੀਟੀ ਕੰਪਲੈਕਸ, ਇੱਕ ਹੀਣ ਭਾਵਨਾ ਆਉਂਦੀ ਆ ਕਿ ਅਸੀਂ ਕੁਦਰਤ ਦੇ ਕਿਹੜਾ ਪੈਰ ਮਿਧਿਆ ਸੀਗਾ, ਸਾਡੇ ਨਾਲ ਜਾਤੀ ਕਿਉਂ ਕੀਤੀ, ਸਾਨੂੰ ਇਹੋ ਜਿਹਾ ਰੰਗ ਕਿਉਂ ਦਿੱਤਾ। ਇਹ ਜਿਹੜਾ ਇੱਕ ਕਿਸਮ ਦਾ ਨਸਲਵਾਦ ਆ, ਨਸਲਵਾਦ ਦਾ ਪ੍ਰਗਟਾਵਾ, ਕਿ ਐਵੇਂ ਦੂਸਰਾ ਰੰਗ ਲੈ ਕੇ ਤਾਂ ਸ਼ਰਮਿੰਦੇ ਹੋਣ ਦੀ ਲੋੜ ਨਹੀਂ, ਤੁਹਾਡਾ ਰੰਗ ਗੋਰਾ ਹੋ ਸਕਦਾ, ਅਤੇ ਬਸ ਦੂਸਰੇ ਰੰਗ ਵਾਲੇ ਸ਼ਰਮਿੰਦੇ ਹੁੰਦੇ। ਹੁਣ ਇਹਦੇ ਉੱਤੇ ਵੀ ਇੱਕ ਸ਼ਿਕਾਇਤ ਹੋਈ ਹੈ। ਇੱਦਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਹੁੰਦੀਆਂ ਪਈਆਂ ਨੇ, ਸ਼ਿਕਾਇਤਾਂ ਤਾਂ ਇੱਥੋਂ ਤੱਕ ਹੁੰਦੀਆਂ ਨੇ। ਪਾਕਿਸਤਾਨ ਵਾਲਿਆਂ ਨੇ ਇੱਕ ਸ਼ਿਕਾਇਤ ਉਸ ਸਾਬਣ ਕੰਪਨੀ ਦੀ ਕਰਤੀ ਸੀ ਜਿਹਦੇ ਸਿਰ ਤੋਂ ਤੁਰਦਿਆਂ ਤੁਰਦਿਆਂ ਐਡ ਆਉਂਦੀ ਆ, ਅਤੇ ਨਹਾਉਂਦਿਆਂ ਉਹ ਲੜਕੀ ਦੇ ਮੋਢਿਆਂ 'ਤੇ ਆ ਕੇ ਖਲੋ ਜਾਂਦੀ ਆ, ਅਤੇ ਉਹਨੇ ਆਖਿਆ ਜੀ ਇਹਦੇ ਵਿੱਚ ਕੋਈ ਅਸ਼ਲੀਲਤਾ ਨਹੀਂ, ਅਤੇ ਉਹ ਉਹਨਾਂ ਦੀ ਕੋਰਟ ਨੇ ਇਸ ਗੱਲ ਨੂੰ ਮੰਨ ਲਿਆ ਕਿ ਸਿਰ ਤੋਂ ਤੁਰਦਿਆਂ ਤੁਰਦਿਆਂ ਜਿਹੜੇ ਢੰਗ ਨਾਲ ਆਉਂਦੀ ਆ ਮੋਢਿਆਂ 'ਤੇ ਆ ਕੇ, ਉੱਥੇ ਆ ਕੇ ਇੱਕ ਇਸ ਤਰ੍ਹਾਂ ਪ੍ਰਵੋਕ ਕਰਦੀ ਆ ਬੰਦੇ ਨੂੰ ਕਿ ਉਹ ਸੋਚਣ ਲੱਗ ਪੈਂਦਾ ਕਿ ਇਹਦੋਂ ਬਾਅਦ ਕੀ। ਇਹ ਇਸ ਗੱਲ ਨੂੰ ਤਕਰੀਬਨ 20-22 ਸਾਲ ਹੋ ਗਏ ਆ, ਉਦੋਂ ਉੱਥੋਂ ਪ੍ਰੋਗਰਾਮ ਚੱਲਦਾ ਹੁੰਦਾ ਸੀ ਇੱਕ ਨਿਲਾਮ ਘਰ, ਉੱਥੇ ਉਹ ਐਡ ਬਹੁਤ ਚੱਲਦੀ ਸੀ, ਅਤੇ ਉਹਦੇ ਤੋਂ ਬਾਅਦ ਉਹਦਾ ਰੌਲਾ ਪੈ ਗਿਆ ਸੀ। ਇੱਦਾਂ ਦਾ ਵੀ ਕਦੇ ਕਦੇ ਹੋ ਜਾਂਦਾ। ਹੁਣ ਇੱਥੇ ਸਾਡੇ ਭਾਰਤ ਵਿੱਚ ਵੀ ਇੱਦਾਂ ਦੀਆਂ ਕੁਛ ਚੀਜ਼ਾਂ ਨੇ, ਕੁਛ ਖਾਣ ਪੀਣ ਦਾ ਸਮਾਨ ਇੱਦਾਂ ਦਾ ਜਿਹੜਾ ਬਹੁਤ ਘਟੀਆ ਪੱਧਰ 'ਤੇ ਜਾ ਰਿਹਾ। ਹੁਣ ਇਹਦੇ 'ਚ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਇੱਕ ਨੂਡਲਸ ਬਣਾਉਂਦੀ ਹੈ ਕੰਪਨੀ, ਸਾਰੀ ਦੁਨੀਆ 'ਚ ਉਹਦਾ ਮਾਲ ਵਿਕਦਾ ਜੀ, ਸਾਡੇ ਮੋਗੇ 'ਚੋਂ ਬਣਾ ਰਹੀ ਹੈ ਜੀ, ਹੁਣ ਤਾਂ ਨਾਂ ਵੀ ਲੈਣ 'ਚ ਹਰਜ ਕੋਈ ਨਹੀਂ ਮੈਗੀ ਜੀ, ਉਹਦੇ ਮੈਗੀ ਦੇ ਨੂਡਲਸ ਦੇ ਉੱਤੇ ਰੌਲਾ ਪੈ ਗਿਆ ਕਿ ਇਹ ਗਲਤ ਨੇ। ਥਾਂ ਥਾਂ 'ਤੇ ਛਾਪੇ ਵੱਜੇ, ਉਹਦਾ ਮਾਲ ਫੜ ਲਿਆ ਗਿਆ, ਸਾਰੇ ਦੇਸ਼ ਵਿੱਚ ਰੌਲਾ ਪਾਇਆ ਗਿਆ ਕਿ ਮੈਗੀ ਦੇ ਨੂਡਲਸ ਗਲਤ ਨੇ, ਇਹਦੇ ਉੱਤੇ ਪਾਬੰਦੀ ਲਾਈ ਜਾਵੇ। ਅੱਡ ਅੱਡ ਲੈਬੋਰਟਰੀਆਂ ਨੇ ਆਖਿਆ ਜੀ ਇਹ ਮਾਲ ਮਾੜਾ ਜੀ। ਸਾਲ ਬਾਅਦ ਪਤਾ ਲੱਗਾ ਕਿ ਮਾਲ ਠੀਕ ਸੀ, ਲੈਬੋਰਟਰੀਆਂ ਦੀ ਰਿਪੋਰਟ ਗਲਤ ਸੀ, ਫਿਰ ਉਹ ਮਾਲ ਚੱਲ ਪਿਆ। ਫਿਰ ਇਹ ਵੀ ਚਰਚਾ ਹੋਈ ਕਿ ਹਿੰਦੁਸਤਾਨ ਦੇ ਇੱਕ ਸਾਧ ਨੇ ਆਪਣਾ ਮਾਲ ਵੇਚਣਾ ਸੀ, ਉਹਨੇ ਨਵੇਂ ਨਵੇਂ ਨੂਡਲਸ ਲਿਆਉਂਦੇ ਸੀ, ਅਤੇ ਉਹਦਾ ਕਰਕੇ ਮੈਗੀ ਦੇ ਨੂਡਲਸ ਦਾ ਰੌਲਾ ਪਾਇਆ ਗਿਆ, ਪਿਆ ਨਹੀਂ। ਪਤਾ ਨਹੀਂ ਸੱਚ ਕੀ ਹੈ ਝੂਠ ਕੀ ਹੈ, ਗੱਲਾਂ ਤਾਂ ਬਹੁਤ ਚੱਲਦੀਆਂ ਨੇ, ਪਰ ਉਹਨਾਂ ਦਿਨਾਂ 'ਚ ਹਿੰਦੁਸਤਾਨ ਦੀ ਇੱਕ ਬਹੁਤ ਸਿਖਰਲੇ ਨਾਂ ਵਾਲੀ ਐਕਟਰੈਸ ਉਹ ਮੈਗੀ ਦੇ ਨੂਡਲਸ ਦੀ ਐਡ ਕਰਦੀ ਹੁੰਦੀ ਸੀ ਜੀ। ਜਿਹੜਾ ਕੇਸ ਬਣਿਆ ਉਹਦੇ 'ਤੇ ਨਾਲ ਬਣ ਗਿਆ ਕਿ ਨੂਡਲਸ ਤਾਂ ਮਾੜੇ ਆ, ਅਤੇ ਇਹ ਕਹਿੰਦੀ ਹੈ ਕਿ ਇਸ ਤਰ੍ਹਾਂ ਦੇ ਨੂਡਲਸ ਜਾਂ ਤਾਂ ਬਹੁਤ ਵਧੀਆ ਜੀ। ਉਹਨੂੰ ਜਾ ਕੇ ਪੁੱਛਿਆ ਗਿਆ ਕਿ ਤੂੰ ਕਦੇ ਖਾ ਕੇ ਵੇਖੇ, ਕਹਿੰਦੀ ਮੈਂ ਤਾਂ ਕਦੇ ਖਾਧੇ ਨਹੀਂ, ਅਤੇ ਉਹਨੂੰ ਪੁੱਛਿਆ ਵੀ ਜੇ ਤੂੰ ਖਾਧੇ ਨਹੀਂ ਅਤੇ ਤੂੰ ਇਹ ਕਿੱਦਾਂ ਕਹਿੰਦੀ ਰਹੀ ਐਡ ਦੇ ਵਿੱਚ ਵੀ ਇਹੋ ਹੀ ਚੀਜ਼ ਆ ਜਿਹੜੀ ਮਿੰਟਾਂ 'ਚ ਭੁੱਖ ਮਿਟਾ ਦਿੰਦੀ ਹੈ ਅਤੇ ਬਹੁਤ ਵਧੀਆ ਅਤੇ ਹਾਜ਼ਮਾ ਠੀਕ ਕਰ ਦਿੰਦੀ ਹੈ ਜੀ, ਇਹ ਸਾਰੀਆਂ ਗੱਲਾਂ ਜੋ ਤੂੰ ਆਪ ਵਰਤਿਆ ਹੀ ਨਹੀਂ ਕਦੇ। ਇਹਦੇ ਤੋਂ ਚੱਲ ਕੇ ਕੁਝ RTI ਵਾਲਿਆਂ ਨੇ ਸੂਚਨਾ ਦੇ ਵਿੱਚ ਪੁੱਛਿਆ ਐਡ ਕਰਨ ਵਾਲੇ ਐਕਟਰਾਂ ਅਤੇ ਐਕਟਰਸਾਂ ਨੂੰ ਕਿ ਤੁਸੀਂ ਫਲਾਨਾ ਸਾਬਣ ਜਾਂ ਫਲਾਨੀ ਕਰੀਮ ਦੀ ਐਡ ਕਰਦੇ ਹੋ, ਤੁਸੀਂ ਆਪ ਕਦੇ ਵਰਤੀ ਹੈ ਜੀ? ਅਤੇ ਉਹਨਾਂ 'ਚੋਂ ਅੱਧੇ ਤੋਂ ਬਹੁਤਿਆਂ ਨੇ ਆਖਿਆ ਕਿ ਅਸੀਂ ਇਹਨੂੰ ਕਦੇ ਨਹੀਂ ਵਰਤਿਆ। ਪੁੱਛਿਆ ਤੁਸੀਂ ਐਡ ਕਿਉਂ ਕੀਤੀ? ਕਹਿੰਦੇ ਜੀ ਐਡ ਤਾਂ ਸਾਡੇ ਐਡ ਮੈਨੇਜਰ ਨੇ ਰਜਿਸਟਰ ਕਰ ਲਈ ਸੀ, ਜਦੋਂ ਉਹਨੇ ਉਹਨਾਂ ਤੋਂ ਪੈਸੇ ਫੜ ਲਏ ਇੱਕ ਕਿਸਮ ਦੀ ਬੁਕਿੰਗ ਕਰ ਲਈ ਸੀ, ਫਿਰ ਸਾਨੂੰ ਕਰਨੀ ਪੈਣੀ ਸੀ। ਉਹ ਕਹਿੰਦੇ ਤੁਸੀਂ ਤਾਂ ਕਰ ਲਈ, ਪੈਸੇ ਲਿਖ ਕੇ ਕਰ ਲਈ, ਜਿਹੜੇ ਹਿੰਦੁਸਤਾਨ ਦੇ 125 ਕਰੋੜ ਲੋਕਾਂ ਨੂੰ ਤੁਸੀਂ ਗੁੰਮਰਾਹ ਕੀਤਾ ਜੀ, ਕਿਆ ਮਾਲ ਬਹੁਤ ਵਧੀਆ, ਉਹਨਾਂ ਦਾ ਕੀ ਕਸੂਰ?
ਉਦੋਂ ਇੱਕ ਗੱਲ ਫਿਰ ਹੋਈ ਸੀ, ਹਾਈ ਕੋਰਟ 'ਚ ਇੱਕ ਕੇਸ ਚਲਾ ਗਿਆ ਸੀ ਕਿ ਐਕਟਰ ਐਕਟਰਸ ਆ, ਮਾਡਲ ਜਿਹੜੇ ਮੁੰਡੇ ਕੁੜੀਆਂ, ਇਹ ਸਾਰੇ ਜਿਸ ਤਰ੍ਹਾਂ ਦੀਆਂ ਐਡਸ ਕਰਦੇ ਆ, ਜੇ ਇਹਨਾਂ ਨੂੰ ਪਤਾ ਹੀ ਨਹੀਂ ਮਾਲ ਚੰਗਾ ਕਿ ਮਾੜਾ, ਇਹ ਐਡ ਕਰ ਦਿੰਦੇ ਆ, ਇਹਨਾਂ ਦੇ ਕਹਿਣ 'ਤੇ ਪਬਲਿਕ ਉਹ ਖਰੀਦ ਕੇ ਫਸ ਜਾਂਦੀ ਆ, ਅਤੇ ਜੇ ਮਾਲ ਮਾੜਾ ਨਿਕਲੇ ਤਾਂ ਸਿਰਫ ਕੰਪਨੀ 'ਤੇ ਨਹੀਂ, ਡੀਲਰਾਂ 'ਤੇ ਨਹੀਂ, ਵੇਚਣ ਵਾਲਿਆਂ 'ਤੇ ਨਹੀਂ, ਇਹਨਾਂ 'ਤੇ ਵੀ ਕੇਸ ਬਣਨਾ ਚਾਹੀਦਾ। ਹੁਣ ਉਹ ਗੱਲ ਥੋੜ੍ਹੀ ਜਿਹੀ ਅੱਗੇ ਵਧੀ ਹੈ, ਸ਼ਾਇਦ ਅੱਗੇ ਤੋਂ ਇਹ ਲਾਗੂ ਵੀ ਹੋ ਜਾਵੇ। ਜੇ ਲਾਗੂ ਹੋ ਜਾਵੇ ਤਾਂ ਸਿਰਫ ਨੋਟ ਗਿਣ ਕੇ ਐਡ ਕਰਨ ਵਾਲੇ ਜਿਹੜੇ ਆ ਉਹਨਾਂ ਨੂੰ ਕੁਝ ਨਾ ਕੁਝ ਨੱਥ ਪਵੇ। ਜੀ ਪਰਨੂ ਸਾਹਿਬ, ਅਸੀਂ ਅਗਲੇ ਸਵਾਲ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਵੇਲਾ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਜਲਦ ਵਾਪਸ ਆਵਾਂਗੇ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪਨੂ ਸਾਹਿਬ, ਇੱਕ ਖਬਰ ਸਾਹਮਣੇ ਆਈ ਹੈ ਕਿ ਪਿਛਲੇ ਸਾਲ ਜਿਹੜੇ 2000 ਦੇ ਨੋਟ ਜਾਰੀ ਕੀਤੇ ਗਏ ਸਨ ਭਾਰਤੀ ਰਿਜ਼ਰਵ ਬੈਂਕ ਦੇ ਵੱਲੋਂ, ਇਸ ਸਾਲ ਫਿਰ ਬੰਦ ਹੋ ਸਕਦੇ ਨੇ, ਇਸ ਖਬਰ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ, ਜਿਹੜੀ ਹੁਣ ਵਾਲੀ ਸਰਕਾਰ ਹੈ, ਜਿਸ ਤਰ੍ਹਾਂ ਚੱਲਦੀ ਪਈ ਹੈ ਜੀ, ਅਸੀਂ ਸਰਕਾਰ ਨੂੰ ਨਾ ਮਾੜੀ ਕਹਿੰਦੇ ਨਾ ਚੰਗੀ ਕਹਿੰਦੇ, ਪਰ ਇੰਨੀ ਗੱਲ ਪੱਕੀ ਹੈ ਕਿ ਸਰਕਾਰ ਨੇ ਭਲਕੇ ਕੀ ਕਰਨਾ ਇਹਦਾ ਕਿਸੇ ਨੂੰ ਕੋਈ ਪਤਾ ਨਹੀਂ, ਮੰਤਰੀਆਂ ਨੂੰ ਵੀ ਕੋਈ ਪਤਾ ਨਹੀਂ ਜੀ। ਕਈ ਵਾਰ ਤਾਂ ਇੱਦਾਂ ਲੱਗਦਾ ਕਿ ਖਜ਼ਾਨਾ ਮੰਤਰੀ ਨੂੰ ਵੀ ਪਤਾ ਨਹੀਂ, ਪ੍ਰਧਾਨ ਮੰਤਰੀ ਇਕੱਲੇ ਨੂੰ ਪਤਾ ਹੁੰਦਾ। ਬੜੇ ਸੀਨੀਅਰ ਪੱਤਰਕਾਰ ਹੈ ਵਿਨੋਦ ਦੂਆ, ਉਹਨਾਂ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਜੀ ਕਹਿੰਦੇ ਆ ਕਿ ਸਾਰੀ ਦੁਨੀਆ ਦੇ ਅਰਥ ਸ਼ਾਸਤਰੀਆਂ ਨੂੰ ਪਤਾ ਹੀ ਨਹੀਂ ਲੱਗਾ ਅਸੀਂ ਕੀ ਕਰਤਾ ਨੋਟ ਬਦਲੀ ਕਰਕੇ ਜੀ, ਨੋਟਬੰਦੀ ਦੇ ਨਾਲ। ਉਹ ਕਹਿੰਦਾ ਦੁਨੀਆ ਦੇ ਅਰਥ ਸ਼ਾਸਤਰੀਆਂ ਨੂੰ ਕੀ, ਸਾਡੇ ਭਾਰਤ ਦੇ ਅਰਥ ਸ਼ਾਸਤਰੀਆਂ ਨੂੰ ਵੀ ਨਹੀਂ ਪਤਾ ਲੱਗਾ। ਅਤੇ ਅਖੀਰਲੀ ਗੱਲ ਵਿਨੋਦ ਦੂਆ ਨੇ ਆਖੀ, ਮੋਦੀ ਸਾਹਿਬ, ਪ੍ਰਧਾਨ ਮੰਤਰੀ ਜੀ, ਸਾਨੂੰ ਇੱਦਾਂ ਲੱਗਦਾ ਕਦੇ ਕਦੇ ਤੁਸੀਂ ਵੀ ਸੋਚਦੇ ਹੋਣੇ ਵੀ ਆਪਾਂ ਕੀ ਕਰ ਬੈਠੇ, ਪਤਾ ਤੁਹਾਨੂੰ ਵੀ ਲੱਗਾ ਕੀ ਕਰਤਾ। ਮੈਂ ਉੱਥੋਂ ਤੱਕ ਨਹੀਂ ਜਾਂਦਾ ਜੀ, ਮੈਂ ਸਮਝਦਾ ਮੋਦੀ ਸਾਹਿਬ ਦਾ ਬੜਾ ਕੈਲਕੂਲੇਟਡ, ਗਿਣਿਆ ਮਿਥਿਆ ਕਦਮ ਸੀ ਜਿਹੜਾ ਉਹਨਾਂ ਚੁੱਕਿਆ। ਪਰ ਜੇ ਚੁੱਕ ਲਿਆ ਤਾਂ ਹੁਣ ਲੋਕਾਂ ਨੂੰ ਕਿਤੇ ਟਿਕਣ ਵੀ ਦੇਣਾ ਚਾਹੀਦਾ ਜੀ। ਪਿਛਲੇ ਇੱਕ ਸਾਲ ਦੇ ਵਿੱਚ 12 ਵਾਰ ਰੌਲਾ ਪੈ ਗਿਆ, ਹਰ ਮਹੀਨੇ ਰੌਲਾ ਪੈਂਦਾ ਕਿ 500 ਦਾ ਨੋਟ ਬੰਦ ਹੋ ਜਾਣਾ ਜੀ, 2000 ਦਾ ਨੋਟ ਬੰਦ ਹੋ ਜਾਣਾ। ਇਹਨਾਂ ਨੋਟਬੰਦੀ ਕਰਨ ਲੱਗਿਆ ਆਖਿਆ ਸੀ 1000 ਦਾ ਨੋਟ ਇਸ ਕਰਕੇ ਬੰਦ ਕੀਤਾ ਕਿਉਂਕਿ ਵੱਡੇ ਨੋਟ ਆ ਅਤੇ ਬਲੈਕ ਮਨੀ ਸਾਂਭਣ ਵਾਲਿਆਂ ਨੂੰ ਮੌਜ ਰਹਿੰਦੀ ਹੈ, ਥੋੜ੍ਹੇ ਨੋਟਾਂ ਦੇ ਨਾਲ ਵੱਧ ਕਰੰਸੀ ਵੱਧ ਮਾਇਆ ਸਾਂਭ ਲੈਂਦੇ ਜੀ। ਅਤੇ ਲੋਕਾਂ ਨੇ ਹੱਸ ਕੇ ਆਖਿਆ ਕਿ ਅੱਗੇ ਤਾਂ 1000 ਵਾਲਾ ਸੀ, ਹੁਣ ਤੁਸੀਂ 2000 ਵਾਲਾ ਦੇ ਦਿੱਤਾ, ਅੱਗੇ ਜੇ 4 ਟਰੰਕ ਰੱਖਣੇ ਪੈਂਦੇ ਸੀ ਹੁਣ ਤਾਂ 2 ਟਰੰਕਾਂ 'ਚ ਸਰ ਚੋ ਜੀ। ਇਹ ਤਾਂ ਮੋਦੀ ਸਾਹਿਬ ਤੁਸੀਂ ਸਾਹ ਸੌਖਾ ਕਰਤਾ, ਪਤਾ ਨਹੀਂ ਬਾਅਦ 'ਚ ਇਹਦੇ ਬਾਰੇ ਸੋਚਿਆ ਹੋਵੇ। ਹੁਣ ਇੱਕ ਚਰਚਾ ਚੱਲਦੀ ਪਈ ਹੈ ਕਿ ਸ਼ਾਇਦ 250 ਦਾ ਨੋਟ ਕੱਢਿਆ ਜਾਵੇ, ਲੋਕ ਕਹਿੰਦੇ 250 ਦਾ ਨੋਟ, ਇਹ ਵੀ ਹੋ ਸਕਦਾ 250 ਦਾ ਹੋ ਸਕਦਾ। ਉਹ ਇਸ ਕਰਕੇ ਹੋ ਸਕਦਾ ਕਿ ਜੇ ਸਿੱਕਿਆਂ ਦਾ ਅਤੇ ਨੋਟਾਂ ਦਾ ਇਤਿਹਾਸ ਗਿਣੋ, ਹਿੰਦੁਸਤਾਨ ਦੇ ਵਿੱਚ ਅੱਜ ਤੋਂ 50-60 ਸਾਲ ਪਹਿਲਾਂ 250 ਰੁਪਈਏ ਦਾ ਨੋਟ ਵੀ ਰਹਿ ਚੁੱਕਾ। ਉਦੋਂ ਰੁਪਈਆ ਬਹੁਤ ਵੱਡਾ ਹੁੰਦਾ ਸੀ, 2 ਰੁਪਈਏ ਦਾ ਨੋਟ ਵੀ ਕੀਤਾ ਜੀ, 250 ਦਾ ਵੀ ਕਰਤਾ ਅਤੇ 5 ਦਾ ਵੀ ਕਰਤਾ। ਜਿੰਨਾ ਉਦੋਂ ਰੁਪਈਏ ਦਾ ਮੁੱਲ ਸੀ ਉਨਾ ਕੁ ਹੁਣ 100 ਦਾ ਰਹਿ ਗਿਆ, ਅਤੇ ਹੁਣ 100 ਦੇ ਨਾਲ 200 ਦਾ ਅਤੇ ਇੱਕ 250 ਦਾ ਕਰ ਦਿਓ, ਕੋਈ ਫਰਕ ਨਹੀਂ ਪੈਂਦਾ ਜੀ, ਕਰ ਦਿਓ। ਇਹ ਜਿਸ ਤਰ੍ਹਾਂ ਦਾ ਵੀ ਹੋਵੇਗਾ ਲੋਕ ਬਰਦਾਸ਼ਤ ਕਰ ਲੈਣਗੇ। ਪਰ ਜੇ ਇੱਕ ਸਾਲ ਬਾਅਦ ਹੁਣ ਫਿਰ 2000 ਦਾ ਨੋਟ ਵੀ ਬੰਦ ਹੋ ਜਾਵੇ, ਜਿਹੜੀ ਇਕਾਨਮੀ ਮਾੜੀ ਜਿਹੀ ਪੈਰਾਂ ਥੱਲੇ ਆਉਣ ਲੱਗੀ ਹੈ, ਜਿਹੜੀ ਤੁਹਾਡੇ ਹੱਥਾਂ 'ਚ ਕੰਟਰੋਲ 'ਚ ਆਉਣ ਲੱਗੀ ਹੈ, ਉਹ ਕੰਟਰੋਲ ਤੋਂ ਨਿਕਲ ਜਾਵੇਗੀ, ਬਹੁਤ ਔਖਾ ਹੋ ਜਾਵੇਗਾ। ਚਰਚਾ ਕਿਉਂ ਛੱਡੀ ਆ? ਪਹਿਲਾਂ ਤਾਂ ਉੱਧਰੋਂ ਉੱਧਰੋਂ ਅਫਵਾਹਾਂ ਸਨ, ਗੱਪਾਂ ਸੁਣੀ ਦੀਆਂ ਸਨ ਜੀ। ਹੁਣ ਹਿੰਦੁਸਤਾਨ ਦਾ ਸਭ ਤੋਂ ਵੱਡਾ ਜਿਹੜਾ ਬੈਂਕ ਹੈ ਉਹ ਸਟੇਟ ਬੈਂਕ, ਮੈਂ ਰਿਜ਼ਰਵ ਬੈਂਕ ਨੂੰ ਇਹ 'ਚ ਲਿਆਂਦਾ, ਰਿਜ਼ਰਵ ਬੈਂਕ ਤਾਂ ਨੈਸ਼ਨਲ ਬੈਂਕ ਹੈ ਨਾ, ਜਿਹੜਾ ਭਾਰਤ ਦੀ ਕਰੰਸੀ ਛਾਪਦਾ ਅਤੇ ਕਰੰਸੀ ਸਪਲਾਈ ਕਰਦਾ ਜੀ। ਜਿਹੜੇ ਕਾਰੋਬਾਰੀ ਬੈਂਕ ਹੈ ਉਹਨਾਂ 'ਚੋਂ ਸਭ ਤੋਂ ਵੱਡਾ ਬੈਂਕ ਸਟੇਟ ਬੈਂਕ ਆਫ ਇੰਡੀਆ, ਜਿਹੜੇ 5-7 ਛੋਟੇ ਸਟੇਟ ਬੈਂਕ ਸੀ, ਸਟੇਟ ਬੈਂਕ ਆਫ ਪਟਿਆਲਾ, ਸਟੇਟ ਬੈਂਕ ਆਫ ਟਰਾਵਨਕੋਰ, ਸਟੇਟ ਬੈਂਕ ਆਫ ਮਹਾਰਾਸ਼ਟਰਾ, ਸਟੇਟ ਬੈਂਕ ਆਫ ਬੀਕਾਨੇਰ, ਉਹ ਸਾਰੇ ਉੱਚ ਪਾਤੇ ਆ, ਉਹ ਹੋਰ ਵੱਡਾ ਹੋ ਗਿਆ ਜੀ, ਦੁਨੀਆ ਦੇ ਸਿਖਰਲੇ ਬੈਂਕਾਂ 'ਚ ਆ ਗਿਆ ਜੀ। ਉਸ ਬੈਂਕ ਦੀ ਇਸੇ ਹਫ਼ਤੇ ਇੱਕ ਰਿਪੋਰਟ ਆਈ ਹੈ ਜਿਹਦੇ 'ਚ ਲਿਖਿਆ ਗਿਆ ਕਿ ਆਹ ਆਹ ਗੱਲਾਂ ਦੱਸਦੀਆਂ ਨੇ
ਮਿਸਾਲ ਦੇ ਤੌਰ 'ਤੇ ਉਹ 'ਚ ਲਿਖਿਆ ਕਿ ਰਿਜ਼ਰਵ ਬੈਂਕ ਨੇ 2000 ਦੇ ਨੋਟਾਂ ਦੀ ਸਪਲਾਈ ਬਹੁਤ ਢਿੱਲੀ ਕਰਤੀ। ਇਹਦੇ ਦੋ ਹੀ ਮਤਲਬ ਆ, ਜਾਂ ਤਾਂ ਲੋੜ ਜੋਗੇ ਉਹਨਾਂ ਛਾਪੇ ਨਹੀਂ, ਜਾਂ ਜਿੰਨੇ ਛਾਪਲੇ ਸੀ ਉਹ ਛਾਪਲੇ ਆ, ਹੋਰ ਉਹਨਾਂ ਛਾਪਣੇ ਬੰਦ ਕਰ ਦਿੱਤੇ ਆ, ਅਤੇ ਇਹ ਵੀ ਹੋ ਸਕਦਾ ਕਿ ਅੱਗੋਂ ਇਹ ਨੋਟ ਬੰਦ ਹੋ ਜਾਣ। ਜੀ, ਕਿਸੇ ਹੋਰ ਨੇ ਗੱਲ ਆਖੀ ਹੁੰਦੀ ਤਾਂ ਗੱਪ ਸੀ, ਅਫਵਾਹ ਫੈਲਾਈ ਕਿਹਾ ਸਾਥ। ਹੁਣ ਜਦੋਂ ਸਟੇਟ ਬੈਂਕ ਦਾ ਜ਼ਿਕਰ ਆ ਗਿਆ ਤਾਂ ਲੋਕਾਂ ਦੇ ਮਨ 'ਚ ਇਹਦੇ ਨਾਲ ਇੱਕ ਨਵੀਂ ਕਿਸਮ ਦਾ ਡਰ ਜਿਹਾ ਪੈਦਾ ਹੋ ਰਿਹਾ ਕਿ ਸੱਚੀ ਮੁੱਚੀ ਬੰਦ ਨਾ ਹੋ ਜਾਂਦਾ ਹੋਵੇ। ਸਰਕਾਰ ਨੂੰ ਇਹਦੇ ਉੱਤੇ ਕੋਈ ਨਾ ਕੋਈ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਜੀ, ਪਰ ਸਭ ਚੀਨ ਦੀ ਗੱਲ ਕਰਦੇ ਹਾਂ। ਚੀਨ ਦੇ ਵਿੱਚ ਇਸ ਹਫ਼ਤੇ ਇੱਕ ਜਨਤਕ ਸੁਣਵਾਈ ਦੇ ਦੌਰਾਨ 10 ਜਣਿਆਂ ਨੂੰ ਇਸ ਤੋਂ ਬਾਅਦ 'ਚੋਂ ਫਾਂਸੀ 'ਤੇ ਲਟਕਾ ਦਿੱਤਾ ਗਿਆ। ਲੋਕ ਦੇਖਦੇ ਗਏ ਅਤੇ ਵੀਡੀਓ ਬਣਾਉਂਦੇ ਗਏ। ਇਸ ਤਰ੍ਹਾਂ ਦੀ ਕਾਰਵਾਈ ਨੂੰ ਤੁਸੀਂ ਕਿਸ ਤਰ੍ਹਾਂ ਕਹੋਗੇ? ਦੇਖੋ, ਜਿਹੜਾ ਮਨੁੱਖੀ ਮਨ ਹੈ ਜੇ ਲਾਲਚ ਵਾਲੇ ਪਾਸੇ ਤੁਰ ਜਾਵੇ ਤਾਂ ਮੌਤ ਤੋਂ ਵੀ ਨਹੀਂ ਡਰਦਾ, ਇਹੋ ਜਿਹੇ ਮੌਕਿਆਂ ਉੱਤੇ ਕੁਛ ਨਾ ਕੁਛ ਕਰੀ ਜਾਂਦਾ। ਜੀ, ਮੈਨੂੰ ਪੰਜਾਬ ਦੇ 1988 ਦੇ ਹੜ੍ਹਾਂ ਦਾ ਤਜਰਬਾ, ਜਿਹੜੇ ਇਲਾਕਿਆਂ 'ਚ 10-10 ਫੁੱਟ ਪਾਣੀ ਭਰ ਗਿਆ, ਲੋਕ ਛੱਤਾਂ 'ਤੇ ਟੰਗੇ ਸੀ, ਰੁੱਖਾਂ 'ਤੇ ਟੰਗੇ ਸੀ, ਉੱਥੇ ਅੱਧੀ ਰਾਤ ਨੂੰ ਇੱਕ ਬੰਦਾ ਪਾਣੀ 'ਚ ਤਰ ਕੇ ਕਿਸੇ ਦੇ ਘਰ ਅੰਦਰ ਜਾ ਕੇ ਚੋਰੀ ਕਰਦਾ ਫੜਿਆ ਗਿਆ। ਇਹ ਜਦੋਂ ਮੌਤ ਹੈ ਤਾਂ ਲੋਕ ਤਾਂ ਜਾਨ ਬਚਾਉਣ ਡਿਆ, ਅਤੇ ਜਾਨ ਉਹਦੀ ਵੀ ਫਸੀ ਸੀ। ਜੀ, ਉਹ ਤਰ ਕੇ ਵੀ ਜਾਵੇ 100 ਗਜ਼ ਚੱਲ ਜੂਗਾ, 5-6 ਕਿਲੋਮੀਟਰ ਬਾਹਰ ਤਾਂ ਨਿਕਲ ਸਕਦਾ। ਜੀ, ਪਰ ਇਹੋ ਜਿਹੇ ਮੌਕੇ ਰਾਤ ਨੂੰ ਕਿਸੇ ਦੇ ਘਰ ਪਾਣੀ ਵਿੱਚ ਚੋਰੀ ਕਰਨ ਚਲਾ ਗਿਆ ਅਤੇ ਫੜਿਆ ਗਿਆ ਸੀ। ਚੀਨ ਵਰਗੇ ਦੇਸ਼ ਜਿਨ੍ਹਾਂ 'ਚ ਭ੍ਰਿਸ਼ਟਾਚਾਰ ਦੇ ਖਿਲਾਫ਼ ਬਹੁਤ ਸਖਤੀ ਕੀਤੀ ਜਾਂਦੀ ਹੈ, ਅਤੇ ਪਤਾ ਜਿਹੜਾ ਭ੍ਰਿਸ਼ਟਾਚਾਰੀ ਫੜਿਆ ਜਾਵੇ ਉਹ ਮਾਰ ਦਿੱਤਾ ਜਾਂਦਾ, ਲੋਕ ਪੁੱਠੇ ਕੰਮ ਕਰਨੋਂ ਨਹੀਂ ਹਟਦੇ। ਆ ਪਾਕਿਸਤਾਨ ਦੇ ਵਿੱਚ ਵੀ ਆ, ਪਰ ਪਾਕਿਸਤਾਨ ਤੋਂ ਪਰੇ ਅਫਗਾਨਿਸਤਾਨ, ਇਰਾਨ, ਇਰਾਕ, ਉਹਨਾਂ ਦੇ ਵਿੱਚ ਚੋਰਾਂ ਵਾਸਤੇ ਬਹੁਤ ਸਖਤ ਜਮ੍ਹਾਂ ਨੇ। ਸਰੇਆਮ ਲਿਆ ਕੇ ਲੋਕਾਂ ਸਾਹਮਣੇ ਕਿਸੇ ਦੀ ਧੌਣ ਰੱਖ ਕੇ ਅਤੇ ਘੋੜੇ ਨਾਲ ਵੱਢ ਦਿੱਤੀ ਜਾਂਦੀ ਹੈ, ਕਈਆਂ ਦੇ ਹੱਥ ਪੈਰ ਟੁੱਕ ਦੇ ਦਿੱਤੇ ਜਾਂਦੇ ਆ, ਕਰੇਨ ਨਾਲ ਟੰਗ ਕੇ ਫਾਂਸੀ ਦਿੱਤੀ ਜਾਂਦੀ ਹੈ, ਲੋਕ ਉੱਥੇ ਪਾਪ ਕਰਨ ਨਹੀਂ ਹਟਦੇ। ਚੀਨ ਵਿੱਚ ਹੁਣ ਤੱਕ ਇਹ ਹੁੰਦਾ ਸੀ ਕਿ ਜਿਹੜੇ ਇਹੋ ਜਿਹੇ ਬੰਦੇ ਆ ਉਹਨਾਂ ਦਾ ਬਕਾਇਦਾ ਮੁਕੱਦਮਾ ਚੱਲਦਾ, ਜਦੋਂ ਸਾਬਤ ਹੋ ਜਾਂਦਾ ਸੀ ਕਿ ਦੋਸ਼ੀ ਨੇ, ਫਿਰ ਡਿਊਟੀ ਲੱਗਦੀ ਸੀ ਕਿ ਫਲਾਣੇ ਬੰਦੇ ਇਹਨਾਂ ਨੂੰ ਮੌਤ ਦੀ ਸਜ਼ਾ ਦੇਣਗੇ। ਆਮ ਤੌਰ 'ਤੇ ਉਹਨਾਂ ਨੂੰ ਕਿਤੇ ਖੜ੍ਹੇ ਕਰਕੇ ਉਹਨਾਂ ਦੇ ਗਿੱਚੀ ਵਿੱਚ ਗੋਲੀ ਮਾਰੀ ਜਾਂਦੀ ਸੀ। ਆਹ ਪਹਿਲੀ ਵਾਰ ਹੋਇਆ ਕਿ ਜਨਤਕ ਸੁਣਵਾਈ ਕੀਤੀ ਗਈ ਆ। ਉਹ ਕਹਿੰਦੇ ਜੀ ਸ਼ੀ ਜਿਨਪਿੰਗ, ਉਹਨਾਂ ਦੇ ਰਾਸ਼ਟਰਪਤੀ ਨੇ ਨਵਾਂ ਫਾਰਮੂਲਾ ਸ਼ੁਰੂ ਕਰਤਾ ਕਿ ਹੁਣ ਜਨਤਕ ਸੁਣਵਾਈ ਹੋਇਆ ਕਰੇਗੀ। ਜੀ, ਅਨਾਊਂਸਮੈਂਟ ਕੀਤੀ ਗਈ, ਨੋਟਿਸ ਜਾਰੀ ਕੀਤਾ ਗਿਆ, ਸਾਰੇ ਸ਼ਹਿਰ ਲਈ ਕਿ ਇਕੱਠੇ ਹੋ, ਫਲਾਣੇ ਸਟੇਡੀਅਮ ਦੇ ਜਨਤਕ ਸੁਣਵਾਈ ਹੋਵੇਗੀ। ਉੱਥੇ 10 ਬੰਦੇ ਕੱਢੇ ਗਏ ਦੋਸ਼ੀ, ਉਹਨਾਂ ਨੂੰ ਆਖਿਆ ਤੁਹਾਡੇ 'ਤੇ ਆਹ ਦੋਸ਼ ਲੱਗਦੇ ਆ। ਲੋਕਾਂ ਨੂੰ ਆਖਿਆ ਜਿਹੜੇ ਜਿਹੜੇ ਇਹਨਾਂ ਦੋਸ਼ ਲਾਉਣ ਵਾਲੇ ਸਾਹਮਣੇ ਆ ਕੇ ਬੋਲੋ, ਲੋਕਾਂ ਨੇ ਫਟਾਫਟ ਸਾਹਮਣੇ ਆ ਕੇ ਆਖਿਆ ਇਹਨੇ ਮੇਰੇ ਤੋਂ ਵੀ ਇੰਨੇ ਪੈਸੇ, ਇਹਨੇ ਇੰਨੀ ਕਰਪਸ਼ਨ ਕੀਤੀ, ਨਹੀਂ ਆਹ ਕੀਤਾ, ਲੋਕ ਸਰੇਆਮ ਦੱਸੀ ਗਏ। ਉੱਥੇ ਜੱਜਾਂ ਦੀ ਟੀਮ ਬੈਠੀ ਸੀ, ਜਿਊਰੀ ਜਿਹਨੂੰ ਆਪਾਂ ਕਹਿ ਸਕਦੇ, ਜੀ, ਉਹਨਾਂ ਮੌਕੇ 'ਤੇ ਆਖਿਆ ਸਾਰੇ ਸਬੂਤ ਦੱਸਦੇ ਆ, ਸਾਰੇ ਲੋਕਾਂ ਦੀਆਂ ਗਵਾਹੀਆਂ ਦੱਸਦੀਆਂ ਕਿ ਤੂੰ ਦੋਸ਼ੀ ਆ, ਕਿਉਂਕਿ ਤੂੰ ਦੋਸ਼ੀ ਆ, ਇਸ ਕਰਕੇ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਅਤੇ ਮੌਤ ਦੀ ਸਜ਼ਾ ਵਾਸਤੇ ਉੱਥੇ ਹੀ ਇੱਕ ਕਰੇਨ ਲਿਆ ਕੇ ਸਟੇਡੀਅਮ ਦੇ ਵਿੱਚ ਬਕਾਇਦਾ ਉਹਨਾਂ ਦਸਾਂ ਨੂੰ ਸਾਰੀ ਪਬਲਿਕ ਦੇ ਸਾਹਮਣੇ ਫਾਂਸੀ ਟੰਗ ਕੇ ਮਾਰਿਆ ਗਿਆ, ਔਰ ਪਬਲਿਕ ਸਾਹਮਣੇ ਖਲੋਤੀ ਜਿਹੜੀ ਹੈ ਉਹ ਵੀਡੀਓ ਬਣਾਉਂਦੀ ਰਹੀ, ਫਿਰ ਫੇਸਬੁੱਕ ਸੋਸ਼ਲ ਮੀਡੀਆ 'ਤੇ ਵੀ ਚਲਾ ਗਿਆ। ਹੁਣ ਇਹ ਅੱਜ ਤੋਂ 500-600 ਸਾਲ ਪਹਿਲਾਂ ਮੱਧ ਯੁੱਗ ਦੇ ਵਿੱਚ ਤਾਂ ਇਹ ਗੱਲਾਂ ਵਾਪਰਦੀਆਂ ਸਨ, ਸੁਣ ਸਕਦੇ ਸਨ। ਅੱਜ ਦੇ ਯੁੱਗ ਵਿੱਚ ਜਦੋਂ ਇਹ ਬਹਿਸ ਚੱਲਦੀ ਹੋਵੇ ਕਿ ਮੌਤ ਦੀ ਸਜ਼ਾ ਵਾਲੇ ਕੈਦੀ ਦਾ ਵੀ ਹੱਕ ਹੈ ਕਿ ਉਹ ਆਪਣੀ ਮਰਜ਼ੀ ਦੇ ਨਾਲ ਮੌਤ ਚੁਣ ਸਕੇ ਜਿਹੜੀ ਬਹੁਤੀ ਤਕਲੀਫਦੇਹ ਨਾ ਹੋਵੇ, ਇਹ ਵੀ ਚੱਲਦੀ ਪਈ ਹੈ ਕਿ ਰੱਸੇ ਨਾਲ ਫਾਂਸੀ ਦਿੱਤੀ ਠੀਕ ਹੈ, ਗਲਾ ਟੁੱਕਿਆ ਘੁਆੜੀ ਨਾਲ ਉਹ ਠੀਕ ਹੈ, ਬਿਜਲੀ ਵਾਲੀ ਕੁਰਸੀ 'ਤੇ ਬਿਠਾਇਆ ਠੀਕ ਹੈ, ਜਾਂ ਉਹਨੂੰ ਟੀਕਾ ਲਾਇਆ ਠੀਕ ਹੈ, ਜਾਂ ਉਹਨੂੰ ਜ਼ਹਿਰ ਦਾ ਪਿਆਲਾ ਸੁਕਰਾਤ ਵਾਂਗ ਦਿੱਤਾ ਠੀਕ ਹੈ। ਇਸ ਗੱਲ 'ਤੇ ਵੀ ਬਹਿਸ ਚੱਲਦੀ ਪਈ ਹੈ ਕਿ ਜੇ ਉਹਨੂੰ ਮਾਰ ਹੀ ਦੇਣਾ ਤਾਂ ਘੱਟੋ ਘੱਟ ਮਰਨ ਦਾ ਤਰੀਕਾ ਹੀ ਉਹਨੂੰ ਚੁਣ ਲੈਣ ਦਿਓ ਤਾਂ ਕਿ ਉਹ ਸੌਖੀ ਮੌਤ ਮਰ ਸਕੇ। ਉਸ ਮੌਕੇ 'ਤੇ ਲਿਆ ਕੇ ਸਟੇਡੀਅਮ 'ਚ ਪਬਲਿਕ ਦੇ ਸਾਹਮਣੇ ਇਸ ਤਰ੍ਹਾਂ ਫਾਂਸੀ ਟੰਗਣਾ, ਇਹ ਇਨਹਿਊਮਨ ਹੈ, ਬਹੁਤ ਅਣਮਨੁੱਖੀ ਹੈ ਜਿਹੜਾ ਚੀਨ 'ਚ ਕੀਤਾ ਗਿਆ, ਔਰ ਇਹਨੂੰ ਪਬਲੀਕਲੀ ਕਰਨਾ ਤਾਂ ਬਹੁਤ ਮਾੜਾ ਸੀ। ਪਬਲਿਕ ਵਿੱਚ ਕੁਝ ਇਹੋ ਜਿਹੇ ਕਮਜ਼ੋਰ ਦਿਲ ਵਾਲੇ ਵੀ ਹੋਣਗੇ ਜਿਹੜੇ ਕਈ ਕਈ ਰਾਤਾਂ ਸੌਂ ਨਹੀਂ ਸਕਣਗੇ, ਸ਼ਾਇਦ ਉਹ ਸਾਰੀ ਉਮਰ ਆਪਣੀ ਮਾਨਸਿਕਤਾ 'ਤੇ ਇਸੇ ਦਾ ਬੋਝ ਲਈ ਫਿਰਨ, ਅਤੇ ਕਈ ਇਹੋ ਜਿਹੇ ਹੋਣਗੇ ਜਿਨ੍ਹਾਂ ਦੀ ਮਾਨਸਿਕਤਾ 'ਚ ਵਿਸ਼ ਹੀ ਪੁਣਾ ਆਵੇਗਾ ਕਿ ਬੰਦਾ ਮਾਰਨਾ ਵਤੀਦਾ ਮਾਰੀਦਾ। ਜੀ, ਇਹਦੇ ਬਹੁਤ ਮਾੜੇ ਅਸਰ ਪੈ ਸਕਦੇ, ਚੀਨ ਦੀ ਸਰਕਾਰ ਨੇ ਠੀਕ ਨਹੀਂ ਕੀਤਾ। ਜੀ, ਪਨੂ ਸਾਹਿਬ, ਵੈਸੇ ਜਿਹੜੀ ਤੁਸੀਂ ਜਾਣਕਾਰੀ ਦਿੰਦੇ ਹੋ ਸ਼ਾਇਦ ਹੀ ਅਸੀਂ ਕਿਸੇ ਕੋਲੋਂ ਸੁਣੀ ਹੋਏਗੀ, ਸੁਣ ਕੇ ਰੌਂਗਟੇ ਖੜੇ ਹੋ ਜਾਂਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਜਾਣਕਾਰੀਆਂ ਪ੍ਰਾਪਤ ਕਰਕੇ। ਪਰ ਮੈਨੂੰ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨਾ ਪਵੇਗਾ ਕਿਉਂਕਿ ਦਰਸ਼ਕਾਂ ਕੋਲੋਂ ਇਜਾਜ਼ਤ ਲੈਣ ਦਾ ਸਮਾਂ ਆ ਚੁੱਕਾ ਹੈ। ਅੱਜ ਦੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਬਸ ਇੰਨਾ ਹੀ। ਮੇਰੇ ਮਨਪ੍ਰਤਿੰਦਰ ਸ਼ਰਮਾ ਨੂੰ ਅਤੇ ਸਾਡੇ ਖਾਸ ਮਹਿਮਾਨ ਜਤਿੰਦਰ ਪੰਨੂ ਜੀ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀ ਵੀ, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ।
ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।